चलो आज बनाइए एयर तोप। ये ऐसा तोप है जिदी हवे दे झटके नाल तुहाडे वाल भी उड़ पवेंगे। इस नूं बनाने लई लगेगा पुराना फुटबॉल, सेलो टेप, धागा, पुरानी छोटी गेंद ते डस्टबिन। पुराने फुटबॉल नूं तुसी चंगी तरह चीर के उहदे अंदर दी ट्यूब ध्यान नाल निकाल लो। इस नूं करन लई तुहानूं किसी वड्डे दी लोड़ पवेगी। ਇਹ ਨਿਕਾਲ ਕੇ ਤੁਸੀਂ ਇਹਨੂੰ ਇੱਦਾਂ ਕੱਟ ਕਰੋ ਜੋ ਤੁਹਾਡੀ ਖਿੱਚੀ ਹੋਈ ਸਟ੍ਰੈਚਡ ਮੈਂਬਰੇਨ ਬਣ ਜਾਏਗੀ। ਇਹਦੇ ਅੰਦਰ ਛੋਟੀ ਗੇਂਦ ਨੂੰ ਚੰਗੀ ਤਰ੍ਹਾਂ ਝੱਕ ਧਾਗੇ ਨਾਲ ਲਪੇਟ ਲਓ, ਖਿੱਚ ਕੇ ਕੱਸ ਕੇ ਬੰਨ ਲਓ। ਇਹਨੂੰ ਤੁਸੀਂ ਖਿੱਚ ਕੇ ਵੇਖ ਸਕੋਗੇ, ਇਹ ਤੁਹਾਡੀ ਮੈਂਬਰੇਨ ਤਿਆਰ ਹੈ। ਡਸਟਬਿਨ ਦੇ ਇੱਕ ਪਾਸੋਂ ਇਹਨੂੰ ਕੱਟ ਲਓ, ਨਾ ਹੋਲ ਬਹੁਤ ਵੱਡਾ ਨਾ ਬੜਾ ਛੋਟਾ। ਅਗਲੇ ਖੁੱਲ੍ਹੇ ਹਿੱਸੇ 'ਤੇ ਤੁਸੀਂ ਇਹ ਸਟ੍ਰੈਚਡ ਮੈਂਬਰੇਨ ਨੂੰ ਖਿੱਚ ਕੇ ਚੰਗੀ ਤਰ੍ਹਾਂ ਬੰਦ ਲਓ। ਇਹਨੂੰ ਸੈਲੋ ਟੇਪ ਨਾਲ ਤੁਸੀਂ ਕੱਸ ਕੇ ਤਿਆਰ ਕਰ ਲਓ ਤਾਂ ਕਿ ਕੋਈ ਹਵਾ ਪਿਛਲੇ ਪਾਸੋਂ ਲੀਕ ਨਾ ਹੋਵੇ। ਇਹ ਤੁਹਾਡਾ ਐਰ ਤੋਪ ਹੁਣ ਤਿਆਰ ਹੈ। ਗੇਂਦ ਤੁਹਾਡੇ ਫੜਨ ਲਈ ਮਜ਼ਬੂਤ ਰਹੇਗੀ। ਅੱਗੇ ਤੁਸੀਂ ਨਿਸ਼ਾਨਾ ਲਗਾ ਕੇ ਵੇਖੋਗੇ ਕਿਵੇਂ ਤੁਸੀਂ ਗਲਾਸਾਂ ਨੂੰ ਪੇਪਰ 'ਤੇ ਗਿਰਾ ਸਕੋਗੇ। ਇਸ ਨੂੰ ਚੰਗੀ ਤਰ੍ਹਾਂ ਹੋਰ ਸਮਝਾਉਣ ਲਈ ਅਸੀਂ ਤੁਹਾਨੂੰ ਇੱਕ ਡਾਇਗ੍ਰਾਮ ਵਿਖਾਵਾਂਗੇ ਜੋ ਤੁਹਾਡੀ ਪ੍ਰੈਸ਼ਰ ਦੀ ਵੇਵਸ ਦੱਸੇਗਾ। ਵੱਧੀ ਹੋਈ ਅਤੇ ਕੱਟੀ ਹੋਈ ਦੀ ਇਹ ਲੇਅਰਸ ਤੁਹਾਨੂੰ ਸਮਝਾਏਗੀ ਕਿੱਦਾਂ ਅੰਦਰ ਦੀ ਪ੍ਰੈਸ਼ਰ ਬਦਲੇਗੀ। ਬਰਥਡੇ 'ਤੇ ਵੀ ਤੁਸੀਂ ਇਹਦਾ ਬੜਾ ਮਜ਼ਾ ਲੈ ਸਕਦੇ ਹੋ। ਤੁਸੀਂ ਐਵੇਂ ਬਣਾ ਕੇ ਵੇਖੋ ਜ਼ਰੂਰ।